ਅੱਜ ਪੂਰੇ ਜ਼ਿਲ੍ਹੇ ਦੀਆਂ ਸਿੱਖ ਜਥੇਬੰਦੀਆਂ ਨੇ ਜ਼ਿਲ੍ਹਾ ਕਲੈਕਟਰ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਦੇ ਹੋਏ ਅਪੀਲ ਕੀਤੀ ਕਿ ਅੱਜ ਪੂਰਾ ਸੰਸਾਰ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਬੜੀ ਧੂਮਧਾਮ ਨਾਲ ਮਨਾ ਰਿਹਾ। ਇਸ ਮੌਕੇ ਗੰਗਾਨਗਰ ਵਿੱਚ ਜੋ ਕਿ ਇੱਕ ਸਰਹੱਦੀ ਜ਼ਿਲ੍ਹਾ ਹੈ, ਕੁਝ ਸ਼ਰਾਰਤੀ ਅਨਸਰ ਸ਼ਾਇਦ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ISI ਦੇ ਇਸ਼ਾਰੇ ਉੱਤੇ ਸ਼ਹਿਰ ਵਿੱਚ ਧਾਰਮਿਕ ਮੁੱਦੇ ਭੜਕਾ ਕੇ ਦੰਗੇ ਕਰਵਾਉਣਾ ਚਾਹੁੰਦੇ ਨੇ, ਜਿਨ੍ਹਾਂ ਵਿੱਚ ਮੁੱਖ ਰੂਪ ਵਿੱਚ ਮੜੀ ਸੰਚਾਲਕ ਗੁਰਸਾਹਿਬ ਹੈਪੀ ਨਿਵਾਸੀ 11 ਜੀ, ਉਸਦੇ ਚੇਲੇ ਜਗਸ਼ੀਰ ਜਗਤੇਵਾਲਾ, ਅਵਤਾਰ ਮੰਗਾ ਅਤੇ ਹੋਰ ਸ਼ਾਮਿਲ ਨੇ। ਇਹਨਾਂ ਦੀ ਫੰਡਿੰਗ ਵੀ ਇੱਕ ਮਠਾਧੀਸ਼ ਆਪਣੀ ਨਿੱਜੀ ਦਵੇਸ਼ਤਾ ਦੇ ਕਾਰਨ ਕਰ ਰਿਹਾ ਹੈ। ਹੈਪੀ ਜਗ੍ਹਾ ਜਗ੍ਹਾ ਕਮਰਾ ਬਣਾ ਰਿਹਾ, ਜਿੱਥੇ ਕਿ ਸ਼ੱਕੀ ਪ੍ਰਵਿਰਤੀ ਵਾਲੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਸਭ ਤੋਂ ਵੱਡੀ ਗੱਲ ਕਿਤੇ ਨਾ ਕਿਤੇ ਇਸ ਗੱਲ ਵਿੱਚ ਜ਼ਿਲ੍ਹਾ ਕਲੈਕਟਰ ਦੇ ਆਫਿਸ ਦੀ ਵੀ ਚਰਚਾ ਚੱਲਦੀ ਰਹਿੰਦੀ ਹੈ, ਕਿਉਂਕਿ ਜ਼ਿਲ੍ਹਾ ਕਲੈਕਟਰ ਦਾ ਗਨਮੈਨ ਹੈਪੀ ਦਾ ਸਾਕਾ ਭਰਾ ਹੈ ਅਤੇ ਇਹ ਵੀ ਚਰਚਾ ਚੱਲਦੀ ਹੈ ਕਿ ਉੱਥੋਂ ਸੂਚਨਾਵਾਂ ਵੀ ਲੀਕ ਹੁੰਦੀਆਂ ਨੇ। ਹੁਣ ਤਾਂ ਹੈਪੀ ਬੰਦੂਕਾਂ ਚੁੱਕ ਕੇ ਅੰਧ ਵਿਦਿਆਲਿਆ ਦੀ ਡਾਇਰੈਕਟਰ ਰੰਜਨਾ ਸੇਠੀ ਦੇ ਖਿਲਾਫ਼ ਕੇਸ ਦਰਜ ਕਰਵਾਉਣ ਲਈ ਦਲਿਤ ਔਰਤ ਨੂੰ ਧਮਕਾਉਣ ਲਈ ਅੰਧ ਵਿਦਿਆਲਿਆ ਦੇ ਗੁੰਗੇ ਬਹਿਰੇ ਬੱਚਿਆਂ ਦੇ ਸਕੂਲ ਵਿੱਚ ਵੀ ਪਹੁੰਚ ਗਿਆ। ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਸਿੱਖ ਜਥੇਬੰਦੀਆਂ ਜਦੋਂ ਨਾਅਰੇ ਲਗਾਉਂਦੀਆਂ ਹੋਈਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਪੁੱਜੀਆਂ ਤਾਂ ਦੋ ਟੁੱਕ ਕਹਿ ਦਿੱਤਾ ਕਿ ਜੇਕਰ ਪੁਲਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਕਬਰਾਂ ਮੜੀਆਂ ਉੱਤੇ ਪ੍ਰਕਾਸ਼ ਕਰਨ ਵਾਲਿਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਅਤੇ ਇਹਨਾਂ ਦੇ ਹਥਿਆਰ ਜ਼ਬਤ ਨਹੀਂ ਕਰਦੀ ਤਾਂ ਸਿੱਖ ਸੰਗਤ ਵੀ ਅਜਿਹੇ ਮੁਲਜ਼ਮਾਂ ਨੂੰ ਨਕੇਲ ਪਾਉਣ ਲਈ ਸੜਕਾਂ ਉੱਤੇ ਉਤਰੇਗੀ। ਕਿਸੇ ਵੀ ਸੂਰਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਠੀਕ ਮਾਇਨੇ ਵਿੱਚ ਕਬਰ ਪੂਜਕਾਂ ਦਾ ਕਬਰ ਵੀ ਦੀਨ ਇਮਾਨ ਨਹੀਂ ਹੈ, ਪੈਸਾ ਹੀ ਇਹਨਾਂ ਦਾ ਦੀਨ ਇਮਾਨ ਹੈ। ਔਰਤਾਂ ਨੂੰ ਬੱਚਾ ਨਹੀਂ ਹੁੰਦਾ, ਪਸ਼ੂ ਦੁੱਧ ਨਹੀਂ ਦਿੰਦੇ, ਘਰ ਵਿੱਚ ਕਲੇਸ਼ ਹੁੰਦੇ ਨੇ ਆਦਿ ਗੱਲਾਂ ਨੂੰ ਲੈ ਕੇ ਧਾਗੇ ਤਵੀਤ ਕਰਕੇ ਭੂਤਾਂ ਪ੍ਰੇਤਾਂ ਕਬਰਾਂ ਦਾ ਡਰਾਵਾ ਦਿਖਾ ਕੇ ਲੋਕਾਂ ਦਾ ਵਿਸ਼ੇਸ਼ ਕਰਕੇ ਔਰਤਾਂ ਦਾ ਸ਼ੋਸ਼ਣ ਕਰਦੇ ਨੇ। ਪੈਸੇ ਲਈ ਇਹ ਕੁਝ ਵੀ ਕਰ ਸਕਦੇ ਨੇ, ਇਹ ਦੇਸ਼ ਨੂੰ ਵੀ ਦਾਅ ਉੱਤੇ ਲਗਾ ਸਕਦੇ ਨੇ। ਅੱਜ ਦੇ ਸ਼ਿਸ਼ਟ ਮੰਡਲ ਵਿੱਚ ਸਵਰਨ ਸਿੰਘ, ਫੌਜੀ ਬਲਜਿੰਦਰ ਸਿੰਘ ਚਹਿਲ, ਬਾਬਾ ਗਗਨਦੀਪ ਸਿੰਘ, ਬੀਬੀ ਹਰਮੀਤ ਕੌਰ ਗੋਲੂਵਾਲਾ, ਚਰਨਜੀਤ ਸਿੰਘ ਪਦਮਪੁਰ, ਗੁਰਜੀਤ ਸਿੰਘ ਮੋਢਾ, ਅੰਮ੍ਰਿਤਪਾਲ ਸਿੰਘ ਬੁਰਜਵਾਲ, ਜਸਵਿੰਦਰ ਸਿੰਘ ਬਰਾੜ, ਦਰਸ਼ਨ ਸਿੰਘ ਬਰਾੜ, ਲਾਟਰੀਜੀਤ ਸਿੰਘ ਲੱਖੀਆਂ, ਨਿਰਮਲ ਸਿੰਘ ਖਰਲੀਆਂ, ਕੇਵਲ ਸਿੰਘ ਗੁਰਦਾਸ ਸਿੰਘ, ਹਰਜਿੰਦਰ ਸਿੰਘ 11 ਜੀ, ਗੁਰਵੀਰ ਸਿੰਘ 12 ਜੀ, ਗੁਰਪ੍ਰੀਤ ਸਿੰਘ, ਨਿਰੰਜਨ ਸਿੰਘ, ਜੱਗਾ ਸਿੰਘ 12 ਜੀ, ਬਿੰਦਰ ਸਿੰਘ ਅਰਾਇਨ, ਬਾਬਾ ਸਾਹਿਬ ਸਿੰਘ, ਨਿਹਾਲ ਸਿੰਘ ਕਾਨਪੁਰ, ਸੁਖਦੇਵ ਸਿੰਘ ਤਰੰਗੇਵਾਲੀ, ਗੁਰਜੀਤ ਸਿੰਘ, ਜਸਮੀਤ ਸਿੰਘ, ਸਤਨਾਮ ਸਿੰਘ ਲਾਡਾ, ਹਰਪ੍ਰੀਤ ਸਿੰਘ ਬਾਬਲੂ, ਹਰਸਿਮਰਨ ਸਿੰਘ, ਕੁਲਵਿੰਦਰ ਸਿੰਘ ਰਾਜੂ, ਪਰਮਜੀਤ ਸਿੰਘ ਭਰਤਨਗਰ, ਮੰਗੀ ਸਿੰਘ, ਕੇਸਰ ਸਿੰਘ, ਕੁਲਦੀਪ ਸਿੰਘ ਚੋਪੜਾ, ਦਲੀਪ ਸਿੰਘ ਧੂਰੀ, ਭੁਪਿੰਦਰ ਸਿੰਘ ਕਮਲ, ਬਾਬਾ ਜਗਦੇਵ ਸਿੰਘ, ਜਸਵੀਰ ਸਿੰਘ ਪਿੰਕੂ, ਵਕੀਲ ਸਿੰਘ, ਗੁਰਦੇਵ ਸਿੰਘ, ਹਰਨਾਮ ਸਿੰਘ, ਅਰਵਿੰਦਰ ਸਿੰਘ ਸਿੱਧੂ, ਮਨਜੀਤ ਸਿੰਘ ਆਹੂਜਾ, ਹਰਮਿੰਦਰ ਸਿੰਘ ਕੋਚਰ ਅਤੇ ਪਰਮਜੀਤ ਸਿੰਘ ਕੋਹਲੀ ਸਹਿਤ 200 ਦੇ ਕਰੀਬ ਸਿੱਖ ਜੁਝਾਰੂ ਅਤੇ ਮਰਜ਼ੀ ਵਾਲੇ ਸ਼ਾਮਲ ਸਨ। ਤਹਿਸੀਲ ਪੱਧਰ ਉੱਤੇ ਅਤੇ ਜਥੇਬੰਦੀ ਦੇ 5-5 ਮੈਂਬਰ ਇਸ ਸ਼ਿਸ਼ਟਮੰਡਲ ਵਿੱਚ ਸ਼ਾਮਲ ਹੋਏ।